ਬੱਲੀ ਆਪੇ ਹਾਵੀ ਟੀਮ ਏ ਤੇ ਟੀਮ ਬੀ ਦੀ ਚੋਣ ਹੋਣ ਜਾ ਰਹੀ ਹੈ। ਭਗਵੰਤ ਬਾਰਾ ਸਰਦਾਰ ਸ਼ਮਸ਼ੇਰ ਸਿੰਘ ਜੀ ਮੇਰੇ ਸਾਹ ਬੈਠੇ ਫੋਟੋਗ੍ਰਾਫਰ ਗਰਾਊਂਡ ਦੇ ਵਿੱਚ ਪਹੁੰਚੇ ਨੇ ਜਿਹੜੇ ਨਾਮ ਦੇ ਬਾਬਾ ਜੀ ਉਹਨਾਂ ਦੀ ਵੀ ਕਰਤੀ ਤੋਂ ਵੱਡੇ ਸਹਿਯੋਗ ਹੋ ਬੀ ਟੀਮ ਦਾ ਨੰਬਰ ਡੇਢ ਵੀ ਤੁਹਾਨੂੰ ਬੀ ਟੀਮ ਵੱਲੋਂ ਕਬੱਡੀ 65 ਕਿਲੋ ਜਿੰਨੀ ਵੀ ਟੀਮ ਆ ਗਈਆਂ ਜੀ ਸਾਰੀ ਟੀਮ ਐਂਟਰੀ ਕਰਵਾ ਲੈਣ। ਕਬੱਡੀ 65 ਕਿਲੋ ਭਾਰ ਦੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਸਾਗਰ ਨੂੰ ਇੱਕ ਵਾਰੀ ਫੇਰ ਲੱਗਦਾ ਪੰਗਾ ਪੈ ਗਿਆ ਸੀ ਸਤਨਾਮ ਦੇ ਨਾਲ ਪਰ ਨੰਬਰ ਏ ਟੀਮ ਦਾ ਹਾਂ ਬੀ ਟੀਮ ਦਾ ਖਿਡਾਰੀ ਜਿਹੜਾ ਹੈ ਪਿੰਟੂ ਹਾਂ ਬਈ ਕਹਿੰਦੇ ਜੱਗੀ ਜੱਫਾ ਲਾਊਗਾ ਜੱਗੀ ਪਿੰਟੂ ਨੂੰ ਰੋਕੋਗਾ ਤਾਂ 100 ਰੁਪਏ ਦਾ ਇਨਾਮ ਰੱਖਿਆ ਵੀ ਜੱਗੀ ਨੂੰ 100 ਰੁਪਈਆ ਜੇ ਰੋਕ ਲਿਆ ਮੁੰਡਾ ਤੇ ਰਾਜੂ ਨਾਲ ਪੈ ਗਿਆ ਬੰਦਾ ਵਾਹ ਜੀ ਵਾਹ ਕਿਆ ਬਾਤ ਹੈ ਆਓ ਚੱਕੇ ਜਾਣ ਕਰਤੇ ਚੱਕੇ ਜਾਣ ਕਰਤੇ ਰਾਜੂ 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 ਨੰਬਰ ਲਓ ਜੀ ਮਨੀ ਲੱਗ ਗਿਆ ਫੇਰ ਲਾਲ ਸਿੰਘ ਜੀ ਨੇ ਕਰਿਆ ਹੋਇਆ ਤਿਆਰ ਖਿਡਾਰੀ ਮੇਰੇ ਵੀਰੇ ਕਬੱਡੀ ਪੌਲੀ ਬਣਿਆ ਹੋਇਆ ਹੈ ਜੱਫਾ ਲਾਉਂਦਾ ਰੁਪਈਆ 500 ਗੁਰਵਿੰਦਰ ਨੇ ਦੇਣਾ ਗੁਰਵਿੰਦਰ ਠੇਕੇ ਦਾ ਭਾਈ ਕਬੱਡੀ 65 ਕਿਲੋ ਜੇ ਕੋਈ ਟੀਮ ਹੈਗੀ ਆ ਬਈ ਇੱਧਰ ਹੋਰੇ ਭਾਵੇਂ ਅੱਧੇ ਘਾਟੇ ਦਾ ਸਾਰੇ ਪ੍ਰਬੰਧੀ ਵੀਰ ਕਹਿੰਦੇ 50 ਟੀਮ ਆ ਜਾਣ ਸਾਡੇ ਕਿਹੜੀ ਐਂਟਰ ਕਰਨੀ ਹੈ ਦੌੜ ਕਰਨੀ ਹੈ ਬਈ ਕਬੱਡੀ 65 ਕਿਲੋ ਦੀਆਂ ਟੀਮਾਂ ਜੀਜੀਆਂ ਵੀ ਆਈਆਂ ਹੋਈਆਂ ਨੇ ਸਾਰੇ ਐਂਟਰੀ ਕਰਵਾ ਲੈਣ ਅੱਧੇ ਘੰਟੇ ਦਾ ਸਮਾਂ ਹੈ ਅੱਧੇ ਘਾਟੇ ਬਾਅਦ ਐਂਟਰੀ ਨਹੀਂ ਲੱਗੀ ਕੁਲਵਿੰਦਰ ਚੱਲਿਆ ਵੀ ਰੇਡ ਪਾਉਣ ਕੁਲਵਿੰਦਰ ਰੇਡ ਪਾਉਣ ਚੱਲਿਆ ਦੇਖਦੇ ਹੁਣ ਇਹਨੂੰ ਮਾਂ ਦੇ ਸ਼ੇਰ ਕਿਹੜਾ ਰੋਕਦੇ ਵਾਹ ਜੀ ਵਾਹ ਕਿਆ ਬਾਤ ਹੈ ਓਏ ਹੋਏ ਜਿੱਥੋਂ ਲੱਗੀ ਨਾ ਸਲਾਮਾਂ ਹੁੰਦੀਆਂ ਨੇ ਭਾਈ ਦੀ ਭਾਈ ਦੇ ਨਾਲ ਅੜਕੀ ਬੀਬੀ ਓਏ ਹੋਏ 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 ਮੰਨ ਪੁੱਤ ਵੱਡਾ ਤਾਂ ਵੱਡਾ ਹੀ ਹੁੰਦਾ ਹਾਵੀ ਸਾਡੇ ਸੁਖਚੈਨ ਸਿੰਘ ਚੈਨੀ
ਇਹਦੇ ਗਰਾਊਂਡ ਚ ਸ਼ੋਅ ਮੈਚ ਦਰਕਾਰ ਹਿੱਸਾ ਉਠਾਉਂਦੇ ਸਾਗਰ ਸਾਗਰ ਚੱਲਿਆ ਜੀ ਓਏ ਸਾਗਰ ਦੀ ਚੈਲੀ ਦੇ ਨਾਲ ਪੈ ਗਈ ਹਾਲ ਗਿਆ ਨੰਬਰ ਪਰ ਏ ਟੀਮ ਦਾ ਨੰਬਰ ਚਲੋ ਜੀ ਇੱਕ ਵਾਰੀ ਫੇਰ ਕਾਲੂ ਚੱਲੇ ਰੇਡ ਪਾਉਣ ਢਿੰਦੇ ਨਾਲ ਪਿਆਰਾ ਜੱਫਾ ਓਏ ਹੋਏ ਜੇ ਢਿੰਦੇ ਕਹਿੰਦੇ ਜੇ ਢਿੰਦੇ ਨੇ ਰੱਖ ਲਿਆ ਤਾਂ ਰੁਪਈਆ 500 ਦੇਣਾ ਗੁਰਵਿੰਦਰ ਨੇ ਜੇ ਰੱਖ ਲਿਆ ਤਾਂ ਰੁਪਈਆ 500 ਪੱਕਾ ਮਾਰ ਦੇ ਪਿਛਲ ਗੱਲ ਆ ਗਈ ਜ਼ੋਰਦਾਰ ਤਾੜੀ ਲਾ ਲਿਆ ਕਰੋ ਵਿੱਚ ਕਿਉਂਕਿ ਖਿਡਾਰੀਆਂ ਦਾ ਹੌਸਲਾ ਖਤਮ ਹੋ ਜਾਂਦਾ ਜਸਵੀਰ ਸਿੰਘ ਅਗਲੀ ਕਬੱਡੀ ਦੇ ਫੇਰ ਤਿਆਰ ਹੈ ਆਓ ਚਾਰ ਜਾਫੀ ਦੇ ਚਾਰੋ ਤਿਆਰ ਨੇ ਹੁਣ ਕੌਣ ਬੱਲੇ ਬੱਲੇ ਕਰਾਊਗਾ ਤੁਹਾਡੇ ਟੁੱਟ ਟੁੱਟ ਪਏ ਨੂੰ ਜਾਂਦੇ ਆ ਐਂ ਦੇਖਿਆ ਕਿ ਵੀ ਖੇਡ ਮੈਦਾਨ ਦੇ ਵਿੱਚ ਆਓ ਕੌਣ ਬੱਲੇ ਬੱਲੇ ਕਰਾਊ ਪੈਦੀ ਰੇਡ ਵੱਜਦੀਆਂ ਦਾਦਾ ਏ ਬਣ ਗਿਆ ਲੱਕ ਬੱਲੇ ਬੱਲੇ ਪਿੱਟੂ 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 ਜੱਫਾ ਲਾ ਗਿਆ ਬਾਈ ਆਓ ਹਰੀ ਜੱਫਾ ਲਾ ਗਿਆ ਹਾਫ ਸਮਾਂ ਹੋ ਗਿਆ ਜੀ ਇੱਕ ਮਿੰਟ ਮਨੀ ਮਨੀ ਰੁਕ ਜਾ ਹਾਫ ਸਮਾਂ ਹੋ ਗਿਆ ਜੀ ਏ ਟੀਮ ਦੇ 11 ਬੀ ਦੇ 8 ਬੀ ਦੇ 8.5 ਏ ਟੀਮ 11 ਤੇ ਬੀ 8.5 ਹਾਂਜੀ ਆ ਜਾ ਵੀ ਆ ਜਾ ਖੜੋ ਖੜੋ ਆ ਜਾ ਹਾਂ ਲਾ ਦੋ ਪਰ ਪਾਣੀ ਪੀਣ ਆਏ ਤੇ ਯਾਰ ਗਿਆਰਾਂ ਜੀ ਤੇ ਵੀ ਸਾਢੇ ਅੱਠ
ਲੱਗਦਾ ਬੀ ਟੀਮ ਨੂੰ ਥੋੜੀ ਜਿਹੀ ਮਿਹਨਤ ਹੋਰ ਕਰਨੀ ਪਊਗੀ। ਉਹ ਲਾ ਗਿਆ ਜੱਫਾ ਇੱਕ ਵਾਰੀ ਫੇਰ ਲੱਗਦਾ ਮੁੰਡਾ ਏ ਟੀਮ ਵਾਸਤੇ ਲੈ ਗਿਆ ਨੰਬਰ। ਬਈ ਇਸ ਬੰਦੇ ਵਾਸਤੇ ਤਾੜੀ ਲਾ ਦਿਆ ਕਰੋ ਕਿਉਂਕਿ ਮੈਦਾਨ ਵਿੱਚ ਆਉਣ ਵਾਸਤੇ ਹੌਸਲਾ ਚਾਹੀਦਾ। ਓਏ ਹੋਏ ਹੋਏ ਲਓ ਜੀ ਪਿੰਦੇ ਦੇ ਆ ਵੀ ਮਿਲਦੇ। ਓਏ ਹੋਏ ਰਾਜਾ ਠੇਕੇਦਾਰ ਲੈ ਵੀ ਗੁਰਵਿੰਦਰ ਵੱਲੋਂ ਇੱਕ ਵਾਰੀ ਫੇਰ ਰਾਜਾ ਠੇਕੇਦਾਰ ਇਹ ਨੀ ਹਟਦਾ, ਇਹ 100 ਰੁਪਈਆ ਲੈ ਕੇ ਸਾਡੇ ਗੁਰਵਿੰਦਰ ਵਾਲਾ। ਓਏ ਹੋਏ ਹੋਏ ਰਾਜਾ ਲਾਭ ਸੀ ਬੈਸ ਉਹਨਾਂ ਨੂੰ ਅਸੀਂ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਸਾਡੇ ਨਗਰ ਪਹੁੰਚੇ ਆ ਜਿਹਨਾਂ ਦੇ ਕਦੇ 1100 ਰੁਪਏ ਦੇ ਬੰਦੇ ਪਏ ਜੋ ਕਹਿੰਦੇ ਟੂਰਨਾਮੈਂਟ ਵਿੱਚ ਭੇਜੇ ਆ। ਬਹੁਤ ਵੱਡਾ ਧੰਨਵਾਦ ਆ ਜੀ ਐਂਡ ਮੋਸਟ ਵੈਲਕਮ ਪਿੰਡ ਲੋਹਰ ਤੋਂ ਸਾਡੇ ਬਹੁਤ ਹੀ ਹੌਲੀ ਕਾਰ ਦੇ ਹੋਈ ਪਹੁੰਚਿਆ, ਬਹੁਤ ਵੱਡਾ ਧੰਨਵਾਦ ਹੈ। ਟੀਮਾਂ ਦੋਨੋਂ ਪਿੰਡ ਦੀਆਂ ਨੇ, ਟੀਮਾਂ ਵਧੀਆ ਨੇ। ਆਓ ਸਾਹਮਣੇ ਪੇਜੀ ਕੌਡੀ, ਆਓ ਸਾਹਮਣੇ ਪਿਆਰ ਨੇ, ਚਾਰੋ ਪਿਆਰ ਨੇ। ਕੌਣ ਬੱਲੇ ਬੱਲੇ ਕਰਾਊ ਉਧਰ ਪੈਂਦੀ ਰੇ ਹੁੰਦੀ ਬੱਲੇ 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 ਏ ਬੱਲੇ ਏ ਬੱਲੇ ਕਮਾਲ ਕਮਾਲ ਕਮਾਲ। ਉਧਰ ਲਾਲ ਸਿੰਘ ਜੀ ਬੰਦ ਕਹਿੰਦੇ ਨੇ ਬਿੱਟੂ ਜੱਫਾ ਲਾਉਂਦਾ ਤਾਂ 100 ਦੇ ਦਾਂਗੇ। ਲੈ ਵੀ ਬਿੱਟੂ ਆ ਹੋ ਜਾ ਕਹਿ 100 ਦੇ ਫੇਸ ਰਹਿਣਗੇ।
ਹਰਚੰਦ ਸਿੰਘ ਜੀ ਸਰਪੰਚ ਸਾਹਿਬ ਉਹ ਵੀ ਸਾਡੇ ਨਾਲ ਪਹੁੰਚ ਚੁੱਕੇ, ਉਹਨਾਂ ਦਾ ਵੀ ਧੰਨਵਾਦ ਜੀ ਆ ਇਹਨੂੰ ਦੋਸਤ ਵੈਲਕਮ ਕੀਤਾ ਜਾ ਰਿਹਾ, ਉਹਨਾਂ ਦੇ ਬਹੁਤ ਵੱਡੇ ਸਹਿਯੋਗ ਦੇ ਹਰਚੰਦ ਸਿੰਘ ਜੀ ਸਰਪੰਚ ਸਾਹਿਬ ਉਹ ਵੀ ਸਾਡੇ ਨਾਲ ਪਹੁੰਚੇ ਆ, ਬਹੁਤ ਵੱਡਾ ਧੰਨਵਾਦ ਹੈ ਜੀ ਆ ਇਹਨੂੰ ਦੋਸਤ ਵੈਲਕਮ ਕੀਤਾ ਜਾ ਰਿਹਾ ਹੈ। ਲਓ ਸਾਹਮਣੇ ਕਹਿੰਦੀ ਰੇਡ ਤੇ ਨੰਬਰ ਇੱਕ ਲਾਸਟ ਰੇਡ ਹੈ ਹੁਣ, ਇਹ ਬਿਲਕੁਲ ਲਾਸਟ ਮਾਨਾ ਉਹਨਾਂ ਦੇ ਵੱਲੋਂ ਦੋਨੋਂ ਟੀਮਾਂ ਦੇ ਲਈ 25-25 ਰੁਪਏ ਦੇ ਵੱਡੇ ਨਾਲ ਸਨਮਾਨ ਪਹੁੰਚੇ, ਉਹਨਾਂ ਦਾ ਵੱਡਾ ਧੰਨਵਾਦ ਹੈ। ਸਿਰਫ 11 ਸਾਢੇ 11 ਤੇਗ ਸਿੰਘ ਜੀ ਸਰਪੰਚ ਸਾਬਕਾ ਸਰਪੰਚ ਸਾਹਿਬ ਜੱਸਾ ਪ੍ਰਧਾਨ ਜੀ ਕੁਲਵੀਰ ਸਿੰਘ ਜੀ ਡਰੌਲਾ ਕਾਰ ਸਿੰਘ ਜੀ ਕੰਬਰਦਾਰ ਸਾਹਿਬ ਸਾਡੀ ਕਲੱਬ ਦੀ ਪੂਰੀ ਟੀਮ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਲਈ ਜਾ ਰਹੇ ਹੈ, ਉਧਰ ਇੱਕ ਜਾਣ ਪਹਿਚਾਣ ਤੋਂ ਬਾਅਦ ਫਿਰ ਯਾਦਗਾਰੀ ਤਸਵੀਰ ਖਿੱਚੀ ਜਾਊਗੀ, ਉਧਰ ਦੇਖਾਂਗੇ ਸਾਹਮਣੇ ਜਾਣ ਪਹਿਚਾਣ ਕੀਤੀ ਜਾ ਰਹੀ ਹੈ। ਬਾਬਾ ਦਰਬਾਰ ਦਾਸ ਜੀ ਕਿਰਪਾ ਬਣਾਈ ਰੱਖਣ ਹਮੇਸ਼ਾ ਇਸ ਨਗਰ ਦੇ ਉੱਤੇ ਨਾ ਖਿਡਾਰੀਆਂ ਦੇ ਉੱਤੇ, ਤੇ ਹਰ ਸਾਲ ਜਿਹੜੇ ਬਾਬਾ ਨਿਰਮਾਣ ਦਾਸ ਜੀ ਦੇ ਡੇਰੇ ਦੇ ਉੱਤੇ ਦੁਸ਼ਹਿਰਾ ਖੇਡ ਮੇਲਾ ਪਿੰਡ ਲਖਨੋਈ ਦੇ ਵਿੱਚ ਕਰਵਾਇਆ ਜਾਂਦਾ ਮੇਰੇ ਵੀਰੋ ਦਰਸ਼ਨ ਸਿੰਘ ਜੀ ਪੱਗ ਉਹ ਵੀ ਸਾਡੇ ਜਗ੍ਹਾ ਪਹੁੰਚ ਚੁੱਕੇ ਆ, ਬਹੁਤ ਵੱਡਾ ਧੰਨਵਾਦ ਕਰ ਰਹੇ ਹਾਂ। ਕੁਲਵੀਰ ਸਿੰਘ ਜੀ ਡਰੌਲਾ ਹਰ ਸਾਲ ਕਦੇ ਵੱਡੇ ਮਾਇਆ ਦੇ ਗੱਫੇ ਦਿੰਦੇ ਆ ਮੇਰੇ ਵੀਰੋ, ਬਹੁਤ ਵੱਡਾ ਧੰਨਵਾਦ ਹੈ ਕੁਲਵੀਰ ਸਿੰਘ ਜੀ ਡਰੌਲਾ। ਹੱਥ ਵੰਨ ਕੇ ਲਓ ਸਾਹਮਣੇ ਹੁਣ ਜਿਹੜਾ ਮੈਚ ਮੇਰੇ ਵੀਰੋ ਪੰਜਾਬ ਦੇ ਵਾਲਾ ਪਿੰਡਾਂ ਦੇ ਰੇਡੀਓ ਖੇਤੀ ਦਾ ਹੋਣਾ ਦਾ ਬੜੀ ਬਾਜੋਰਾਂ ਦਾ ਸਿੱਖੀ ਬਾਜੋਰਾਂ ਦਾ ਮਹਿਕ ਬਾਜੋਰਾਂ ਦਾ ਲਾਲ ਬਾਦਲ ਜਨਰਲ ਸਕੱਤਰ ਪੰਜਾਬ ਦਾ ਬਹਾਦਰ ਖਾਨ ਕਰਤਾਰ ਸਿੰਘ ਧਨਾਰ ਪ੍ਰਦੀਪ ਵੱਦ ਜਸਵੀਰ ਸਿੰਘ ਠੇਕੇਦਾਰ ਉਹਨਾਂ ਦਾ ਧੰਨਵਾਦ ਹੈ ਜਿਹਨਾਂ ਦੇ ਬਹੁਤ ਵੱਡੇ ਸਹਿਯੋਗ ਨੇ ਤੇ ਅੱਜ ਦਾ ਵੱਡਾ ਟੂਰਨਾਮੈਂਟ ਕਰਵਾ ਰਿਹਾ ਹੈ, ਉਹਨਾਂ ਦਾ ਅਸੀਂ ਬਹੁਤ ਵੱਡਾ ਧੰਨਵਾਦ ਕਰਦੇ ਹਾਂ। ਨਾਲ ਪੰਜਾਬ ਦੀ ਜਿਹੜਾ ਪਿੰਡ ਦੇ ਰੇਡੀਓ ਆਰਾਮ ਨਗਰ ਦੇ ਨਾਲ ਪ੍ਰਸਿੱਧ ਹੈ, ਆਓ ਕਬੱਡੀ ਪੈਲੀ ਹੈ ਜਿਹੜਾ ਪਟਿਆਲੇ ਦੀ ਧਰਤੀ ਹੈ, ਆਓ ਪੈਂਦੀ ਰੇਲ ਦੇ ਚੱਕੇ ਜਾਂ ਸਿੱਖੀ ਦੀ ਕਿੰਗ ਆਸ਼ੀਰਵਾਦ ਦੇਣ ਲਈ ਜਾ ਰਿਹਾ ਹੈ ਅਮਰੀਕਾ ਸਟੇਟ ਸੈਕਟਰੀ ਸਾਡਾ ਵੀਰ, ਉਹਨਾਂ ਦਾ ਧੰਨਵਾਦ ਉਹ ਵੀ ਨਾਲ ਜਾ ਰਿਹਾ ਹੈ, ਉਹਨਾਂ ਦਾ ਵੀ ਕਰਦੇ ਹਾਂ। ਪ੍ਰੇਮ ਸਿੰਘ ਜੀ ਚੌਕੀਦਾਰ ਸਾਹਿਬ ਉਹ ਵੀ ਜਾ ਰਹੇ ਨੇ, ਗੁਰਪ੍ਰੀਤ ਸਿੰਘ ਜੀ ਬੱਗਾ ਉਹ ਵੀ ਲੜਕੇ ਨਾਲ ਜਾਣ ਪਹਿਚਾਣ ਕਰਨ ਲਈ ਗਏ ਹੈ, ਬਲੀ ਭਗਤ ਜੀ ਜਿਹੜੀ ਜਾਣ ਪਹਿਚਾਣ ਕੀਤੀ ਜਾ ਰਹੀ ਹੈ ਉਧਰ ਲੜਕੀਆਂ ਦੇ ਨਾਲ, ਬਹੁਤ ਵੱਡਾ ਧੰਨਵਾਦ ਹੈ। ਬਾਈ ਜਿਹੜੇ ਬੱਚੇ ਮਿਲ ਗਏ ਬਾਹਰ ਆ ਜੀ, ਵੇਟ ਕਰੇ ਜੀ ਸਾਡੇ ਦਰਮਿਆਨ ਪਹੁੰਚਣ ਅਸੀਂ ਉਹਨਾਂ ਨੂੰ ਕਿਹਾ ਆਪਣੇ ਬੇਨਤੀ ਕਰਦੇ ਹਾਂ ਵੀ ਚੇਤੀ ਆ ਕੇ ਰਾਜ ਹੋ ਜਾਣ।
ਦੇਖੇ ਇੱਥੇ ਦੇਖੇ ਸਾਹਮਣੇ ਸਾਰੇ ਫਾਈਟਿੰਗ ਮੈਚ ਸ਼ੁਰੂ ਹੋ ਗਈ। ਧੰਨਵਾਦ ਸਰਦਾਰ ਗੁਰਮੀਤ ਸਿੰਘ ਜੀ ਗਰੇਵਾਲ, ਬਹਾਦਰ ਸਿੰਘ ਜੀ ਮੈਣ, ਔਰ ਸਾਡੇ ਚੌਕੀ ਇੰਚਾਰਜ ਸਰਦਾਰ ਗੁਰਵਿੰਦਰ ਸਿੰਘ ਜੀ, ਸਰਦਾਰ ਗੁਰਮੀਤ ਸਿੰਘ ਜੀ ਜੱਸਾ ਕਲੱਬ ਪ੍ਰਧਾਨ, ਸਰਦਾਰ ਗੁਰਮੀਤ ਸਿੰਘ ਜੀ ਜੱਸਾ ਜੋ ਲੈ ਕੇ ਆ ਰਹੇ ਨੇ ਸਾਰੀਆਂ ਮਾਣਯੋਗ ਸ਼ਖਸੀਅਤਾਂ ਨੂੰ ਬਹੁਤ ਬਹੁਤ ਧੰਨਵਾਦ ਹੈ। ਮਾਣ ਹੈ ਲਗੜੋਈ ਪਿੰਡ ਦੇ ਸਾਹਿਬ ਸਰਦਾਰ ਬਹਾਦਰ ਸਿੰਘ ਜੀ ਮੈਣ ਸਾਹਿਬ, ਔਰ ਸਾਡੇ ਗੁਰਵਿੰਦਰ ਸਿੰਘ ਜੀ ਇੰਚਾਰਜ ਸਾਹਿਬ, ਸਾਰਿਆਂ ਨੂੰ ਆਪਾਂ ਜੀ ਆਏ ਆਖਦੇ ਹਾਂ, ਜਿਹਨਾਂ ਨੇ ਮਾਣ ਵਧਾਇਆ ਸਾਡੀ ਖੇਡ ਕਬੱਡੀ ਦਾ ਇੱਥੇ ਪਹੁੰਚ ਕੇ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਪੁਰਾਣਾ ਖੇਡ ਮੇਲਾ ਪੰਜਾਬ ਦਾ, ਪੰਜਾਬ ਦੀ ਵਿਰਾਸਤ ਨੂੰ, ਪੰਜਾਬ ਦੀਆਂ ਖੇਡਾਂ ਨੂੰ, ਸਾਡੀ ਕਬੱਡੀ ਨੂੰ ਜਿਉਂਦਾ ਰੱਖਿਆ ਇਸ ਖੇਡ ਮੇਲੇ ਨੇ, ਔਰ ਇਸ ਇਲਾਕੇ ਦੇ ਮਸ਼ਹੂਰ ਖੇਡ ਮੇਲਿਆਂ ਦੇ ਵਿੱਚ ਨਾਮ ਹੈ ਲੰਗੜੋਈ ਦੀਆਂ ਖੇਡਾਂ ਦਾ। ਪਰ ਮਹਾਂਪੁਰਸ਼ਾਂ ਦੀ ਬੜੀ ਅਪਾਰ ਕਿਰਪਾ ਹੈ, ਬੜੀ ਪਵਿੱਤਰ ਥਾਂ ਦੇ ਉੱਤੇ ਮੇਲਾ ਹੋ ਰਿਹਾ ਹੈ। ਬਾਬਾ ਨਰਾਇਣ ਦਾਸ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨ ਭਜਨ ਮੰਨ ਕੇ ਮਾਨਾ ਮਰ ਜਾਣਾ, ਪਿੱਛੇ ਯਾਦਾਂ ਹੀ ਰਹਿ ਜਾਂਦੀਆਂ, ਪਿੱਛੇ ਯਾਦਾਂ ਰਹੀਆਂ ਨੇ। ਸਰਦਾਰ ਗੁਰਵਿੰਦਰ ਸਿੰਘ ਜੀ ਇੰਚਾਰਜ ਸਾਹਿਬ, ਔਰ ਸਾਡੇ ਗਰੇਵਾਲ ਸਾਹਿਬ, ਬਹਾਦਰ ਸਿੰਘ ਜੀ ਮੈਣ ਸਾਹਿਬ, ਕਲੱਬ ਦੇ ਪ੍ਰਧਾਨ ਜੀ ਗੁਰਮੀਤ ਸਿੰਘ ਜੀ ਜੱਸਾ, ਉਹਨਾਂ ਦੀ ਸਾਰੀ ਟੀਮ ਹੈ, ਪ੍ਰਤਾਪ ਸਿੰਘ ਜੀ ਡੇਰੇ ਦੇ ਪ੍ਰਧਾਨ ਨੇ, ਲਾਲ ਸਿੰਘ ਜੀ ਲੋਕ ਸੇਵਾ ਸਮਿਤੀ ਦੇ ਜਨਰਲ ਸਕੱਤਰ ਨੇ ਪੰਜਾਬ ਦੇ, ਜਲਦੀ ਨਾਲ ਮੁਕਾਬਲੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਖੇਡ ਮੈਦਾਨ ਦੇ ਵਿੱਚ ਬੜਾ ਚੋਟੀ ਦਾ ਤੇ ਸ਼ਾਨਦਾਰ ਮੈਚ ਹੋਣਗੇ, ਬੜੇ ਵਧੀਆ ਮੁਕਾਬਲੇ। ਸਾਈਡ ਦੇ ਕਰੀ ਦੇਖੇ ਸਾਹਮਣੇ ਇੱਧਰ ਖਿੱਚ ਜੀ।
ਬੜਾ ਕਵੇਗਾ।